ਤਾਂ ਦੱਸ ਦੇ ਕਿ ਖੇਡ ਪ੍ਰੇਮੀਆਂ ਦੇ ਲਈ ਵੱਡੀ ਖਬਰ ਆ ਰਹੀ ਹੈ, ਜਿੱਥੇ ਓਲੰਪਿਕ 2024 ਦੇ ਵਿੱਚ ਭਾਰਤੀ ਹਾਕੀ ਟੀਮ ਸੈਮੀ ਫਾਈਨਲ ਦੇ ਵਿੱਚ ਪਹੁੰਚ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਓਲੰਪਿਕ ਦੇ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਗ੍ਰੇਟ ਬ੍ਰਿਟੇਨ ਦੇ ਨਾਲ ਸੀ, ਤਾਂ ਕੁਆਟਰ ਫਾਈਨਲ ਸੀ ਜਿਸ ਦੇ ਵਿੱਚ ਜਿੱਤ ਜ਼ਰੂਰੀ ਸੀ। ਤਾਂ ਜਿੱਤ ਤੋਂ ਬਾਅਦ ਹੁਣ ਭਾਰਤੀ ਟੀਮ ਦੱਸ ਦਈਏ ਕਿ ਸੈਮੀ ਫਾਈਨਲ ਦੇ ਵਿੱਚ ਪਹੁੰਚ ਗਈ ਹੈ। ਤਾਂ ਜਿਵੇਂ ਹੀ ਮੈਚ ਸ਼ੁਰੂ ਹੁੰਦਾ ਤਾਂ ਦੋਨਾਂ ਟੀਮਾਂ ਦੇ ਵਿੱਚ ਕੜੀ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਮੈਚ ਦਾ ਅੰਤ 1-1 ਦੇ ਨਾਲ ਡਰਾ ਰਹਿੰਦਾ ਹੈ, ਤੇ ਫਿਰ ਸ਼ੂਟ ਆਊਟ ਨਾਲ ਫੈਸਲਾ ਹੁੰਦਾ ਹੈ, ਜਿਸ ਦੇ ਵਿੱਚ ਭਾਰਤੀ ਟੀਮ ਦੇ ਵੱਲੋਂ 4 ਜਦਕਿ ਬ੍ਰਿਟੇਨ ਦੇ ਵੱਲੋਂ 2 ਗੋਲ ਕੀਤੇ ਗਏ। ਤਾਂ ਅੰਤ ਦੇ ਵਿੱਚ ਫੈਸਲਾ ਭਾਰਤੀ ਟੀਮ ਦੇ ਪੱਖ ਦੇ ਵਿੱਚ ਰਿਹਾ ਤੇ ਹੁਣ ਭਾਰਤੀ ਟੀਮ ਸੈਮੀ ਫਾਈਨਲ ਦੇ ਵਿੱਚ ਪਹੁੰਚ ਗਈ ਹੈ। ਤਾਂ ਦੱਸ ਦਈਏ ਕਿ ਪਿਛਲੇ ਸਾਲ ਵੀ ਭਾਰਤੀ ਟੀਮ ਸੈਮੀ ਫਾਈਨਲ ਦੇ ਵਿੱਚ ਪਹੁੰਚੀ ਸੀ ਤੇ ਉਹਨਾਂ ਦੇ ਵੱਲੋਂ ਬ੍ਰੋਂਜ਼ ਮੈਡਲ ਜਿੱਤਿਆ ਗਿਆ ਸੀ। ਤਾਂ ਇਸ ਵਾਰ ਭਾਰਤੀ ਟੀਮ ਦਾ ਟੀਚਾ ਗੋਲਡ ਮੈਡਲ ਹੋਵੇਗਾ। ਤਾਂ ਹੁਣ ਸਾਰੇ ਦੇਸ਼ ਦੀਆਂ ਨਿਗਾਹਾਂ ਹਾਕੀ ਟੀਮ ਤੇ ਟਿੱਕੀਆਂ ਹੋਈਆਂ ਨੇ।